ਜੋਤੀ ਹਾਈ ਚੈਨਲ ਵੈਲਕਮ ਬੈਕ ਟੂ ਅਨਦਰ ਵਲੌਗ। ਕੱਲ੍ਹ ਆਪਾਂ ਮਲਚਰ ਫੇਰ ਆਏ ਸੀ ਖੇਤਾਂ ਦੇ ਵਿੱਚ, ਅਤੇ ਅੱਜ ਆਪਾਂ ਰੋਟਾਵੇਟਰ ਫੇਰਨ ਜਾਣਾ ਵਾ। ਸੋ ਆਪਣੇ ਪਿੰਡ ਵਾਲੀ ਜਿਹੜੀ 244 ਸੀ ਇਹ ਪਰਾਲੀ, ਅਤੇ ਇਹ ਲੋਟ ਨਹੀਂ ਆਉਣੀ ਹੈਗੀ, ਸਿਰਫ ਮਲਚਰ 'ਤੇ ਯਾਨੀ ਕਿ ਪਲੋ ਫੇਰੀ ਉਹ ਲੋਟ ਨਹੀਂ ਆਉਣੀ ਹੈਗੀ। ਅਤੇ ਆਪਾਂ ਹੁਣ ਇਹਦੇ ਉੱਤੇ ਦੀ ਉਹ ਮਾਰਾਂਗੇ ਰੋਟਾਵੇਟਰ, ਫੇਰ ਪਲੋਇੰਗ ਕਰਾਂਗੇ ਆਪਾਂ। ਆਪਾਂ ਹੁਣ ਜੌਂਡੀਅਰ ਮਗਰ ਪਾ ਲਈਏ ਰੋਟਾਵੇਟਰ, ਅਤੇ ਰੋਟਾਵੇਟਰ ਜਾ ਕੇ ਫੇਰਦੇ ਹਾਂ ਆਪਾਂ। ਉਸ ਤੋਂ ਬਾਅਦ ਪਲੋ ਲੈਣ ਚੱਲਾਂਗੇ, ਇਹਦੇ ਮਗਰ ਪਾਵਾਂਗੇ। ਇਹ ਮੂਹਰੇ ਮੂਹਰੇ ਰੋਟਾਵੇਟਰ ਫੇਰੀਓ, ਅਤੇ ਪਿੱਛੇ ਪਿੱਛੇ ਆਪਾਂ ਪਲੋਇੰਗ ਕਰੀ ਜਾਵਾਂਗੇ। ਪਲੋ ਪਾ ਲਏ ਆਪਾਂ, ਅਤੇ ਹੁਣ ਜਾ ਕੇ ਪਲੋ ਫੇਰਦੇ ਹਾਂ। ਡੈਡੀ ਮੂਹਰੇ ਮੂਹਰੇ ਰੋਟਾਵੇਟਰ ਮਾਰ ਰਹੇ ਆ, ਅਤੇ ਬਸ ਇਹੀ ਆ, ਜਾ ਕੇ ਪਲੋ ਫੇਰਦੇ ਹਾਂ। ਟਾਈਮ ਬਹੁਤ ਹੋ ਚੁੱਕਿਆ ਵਾ, ਹਨੇਰਾ ਹੋਣ ਵਾਲਾ ਵਾ ਕੇ, ਸੋ ਕੰਮ ਨਿਬੇੜੀਏ ਛੇਤੀ ਛੇਤੀ। ਚੱਲਦਾ ਕੰਮ ਪਲੋਇੰਗ ਦਾ ਪੂਰੇ ਜ਼ੋਰਾਂ ਸ਼ੋਰਾਂ 'ਤੇ, ਅਤੇ ਇੱਥੋਂ ਹੁਣ ਆਪਾਂ ਗੇੜਾ ਸਿੱਧਾ ਕੀਤਾ ਵਾ। ਪਹਿਲਾਂ ਇਹ ਵਿੰਗ 'ਚ ਆਉਂਦਾ ਸੀਗਾ, ਉਹਦੇ ਕਰਕੇ ਵੱਟ ਦੇ ਨਾਲ ਨਾਲ ਹੁਣ ਗੇੜਾ ਸਿੱਧਾ ਕੀਤਾ, ਅਤੇ ਰੀਲ ਇੱਕ ਹੀ ਬਣੀ ਆ, ਜਦ ਦੀ ਕੋਈ ਰੀਲ ਹੀ ਨਹੀਂ ਬਣੀ। ਮੈਂ ਹੁਣ ਪਾਪਾ ਨੂੰ ਕਹਿਣਾ ਵਾ ਵੀ ਇੱਕ ਰੀਲ ਬਣਾ ਦਿਉ, ਹੁਣ ਫੇਰ ਨਹੀਂ ਕਹਿੰਦਾ ਕੁਛ। ਇੱਕ ਐਮਰਜੈਂਸੀ ਜੀ ਪੈ ਗਈ ਸੀ, ਅਤੇ ਆਪਾਂ ਟਰੈਕਟਰ ਖੜਾ ਕੇ ਖੇਤ 'ਚ ਘਰੇ ਜਾਂਦੇ ਹਾਂ, ਅਤੇ ਆ ਕੇ ਆਪਾਂ ਫੇਰਾਂਗੇ ਪਲੋ। ਆਪਣਾ ਆਹ ਕੰਪਲੀਟ ਹੋਣ ਵਾਲਾ, ਇੱਥੇ ਮੈਂ ਸਾਈਡ ਗੇੜਾ ਹੀ ਲਾਉਣ ਲੱਗਿਆ ਸੀ, ਅਤੇ ਕੰਪਲੀਟ ਹੋਣ ਵਾਲਾ, ਇੱਧਰ ਇੱਕ ਗੇੜਾ ਹੀ ਰਹਿ ਗਿਆ, ਬਾਕੀ ਉਹ ਰਹਿ ਗਿਆ। ਰੋਟਾਵੇਟਰ ਧੜਕਨੋਂ ਨਹੀਂ ਸੀ ਹਟਦਾ, ਅਤੇ ਮੈਂ ਕਿਹਾ ਡੈਡੀ ਨੂੰ ਵੀ ਤੁਸੀਂ ਬੋਰੀਆਂ ਰੱਖ ਲਓ ਮਿੱਟੀ ਦੀਆਂ, ਇਹਨਾਂ ਨੇ ਰੱਖੀਆਂ ਨਹੀਂ ਜੀ। ਅਤੇ ਉਹ ਕਹਿੰਦੇ ਛੱਡ ਕੀ ਲੋੜ ਆ, ਮੈਂ ਕਿਹਾ ਕੁਛ ਨਹੀਂ ਹੁੰਦਾ 10 ਮੀਟਰ ਨਾਲ, ਬੋਰੀਆਂ ਰੱਖ ਲਓ। ਹੁਣ ਐਨ ਵਧੀਆ ਚੱਲਦਾ, ਪੂਰਾ ਵਧੀਆ ਚੱਲਦਾ। ਉੱਥੇ ਬਹੁਤ ਤੰਗ ਕੀਤਾ ਪਰਾਲੀ ਨੇ, ਇੱਥੇ ਨਹੀਂ ਕਰੂਗੀ। ਅਤੇ ਘਰੇ ਜਿਹੜਾ ਵੀ ਕੰਮ ਸੀਗਾ ਉਹ ਆਪਾਂ ਨਿਬੇੜਿਆ, ਹੁਣ ਆਪਾਂ ਪਲੋ ਫੇਰਨ ਲੱਗਦੇ ਹਾਂ। ਸਾਈਡਾਂ ਆਪਣੀਆਂ ਰਹਿੰਦੀਆਂ ਨੇ, ਬਸ ਉਹ ਸਾਈਡਾਂ ਹੀ ਲਾਉਣੀਆਂ ਨੇ। ਅਤੇ ਇਹ ਖੇਤ ਦੇ ਵਿੱਚ ਹਜੇ ਹੁਣੀ ਡੈਡੀ ਰੋਟਾਵੇਟਰ ਫੇਰਨਾ ਉਹਨਾਂ ਨੇ ਸ਼ੁਰੂ ਕੀਤਾ, ਉੱਧਰੋਂ 5-7 ਗੇੜੇ ਹੀ ਆਏ ਨੇਗੇ, ਅਤੇ ਵੱਟਾਂ ਵੱਟਾਂ ਵਾਹ ਕੇ ਫੇਰਨ ਲੱਗੇ ਹੋਏ ਨੇ ਉਹ ਰੋਟਾਵੇਟਰ। ਹੁਣ ਆਪਾਂ ਸਾਈਡਾਂ ਕਲੀਅਰ ਕਰਕੇ, ਓਹੋ ਮੈਂ ਚਾਰਜਰ ਭੁੱਲਿਆ, ਚਲੋ ਫੇਰ ਲੈਂਦੇ ਹਾਂ। ਉਹ ਜਿਹੜਾ ਹੁੰਦਾ ਟਰੈਕਟਰ ਵਾਲਾ, ਟਰੈਕਟਰ ਇੱਥੇ ਕਿਹੜਾ, ਹਾਂ ਟਰੈਕਟਰ ਵੀ ਦੀਦਾ ਹੀ ਨਹੀਂ, ਆਹ ਦੇਖ ਲਓ ਆਹ ਹਾਲਾਤ ਬਣੇ ਹੋਏ ਆ, ਜੈ ਜੇ ਰਾਮਪੁਰ ਹਾਲਾਤ ਸੀ ਉਹ ਜੇ ਬਣ ਗਏ ਧੁੰਦ ਜੇ ਵਾਲੇ। ਆਹ ਇੱਦਾਂ ਮਿਕਸ ਹੋ ਰਹੀ ਆ ਪਰਾਲੀ, ਦੇਖ ਲਓ ਇਹ ਗੇੜਾ ਉਹ ਲੱਗਿਆ ਬਿਨਾਂ ਉਹਦੇ ਤੋਂ ਗੱਟਿਆਂ ਤੋਂ। ਆਪਣਾ ਆਹ ਸਾਈਡ ਦਾ ਇੱਕ ਗੇੜਾ ਰਹਿੰਦਾ, ਦੇਖ ਲਓ ਗੇੜਾ ਆਹ ਰਹਿੰਦਾ, ਆਪਾਂ ਇੱਥੋਂ ਤੋਂ ਲਾਤਾ ਸੀ, ਅਤੇ ਹੁਣ ਆਪਾਂ ਆਹ ਗੇੜਾ ਲਾਈਏ ਸਾਈਡ ਵਾਲੀਆਂ ਇੱਧਰਲੇ, ਆਪਾਂ ਉੱਧਰ ਤੋਂ ਇੱਧਰ ਨਹੀਂ ਲਾਉਂਦੇ ਹੋਣਾ। ਹਾਂਜੀ ਆਹ ਖੇਤ ਹੋ ਗਿਆ ਆਪਣਾ ਕੰਪਲੀਟ, ਹੁਣ ਚੱਲਦੇ ਆਪਾਂ ਉਹ ਖੇਤ ਜਿੱਥੇ ਟਰੈਕਟਰ ਚੱਲਦਾ, ਉਹ ਵੱਡਾ ਵਾ, ਉਹਨੂੰ ਟਾਈਮ ਲੱਗੂਗਾ, ਇਹ ਛੋਟਾ ਸੀ ਇਹਨੂੰ ਘੱਟ ਟਾਈਮ ਲੱਗਿਆ ਮੇਰੇ ਖਿਆਲ ਨਾਲ, 2 ਕਿੱਲੇ ਸੀਗੇ ਨਹੀਂ, 8 ਬਿਘੇ ਹੁਣ 9 ਹੋਣ, ਐਗਜੈਕਟਲੀ ਨਹੀਂ ਮੈਨੂੰ ਪਤਾ, ਯਾਨੀ ਕਿ 2 ਕਿੱਲੇ ਸੀਗੇ ਨਹੀਂਗੇ, ਅਤੇ ਹੁਣ ਉਹ ਰਹਿੰਦਾ ਬਸ। ਪਾਪਾ ਚੱਲੇ ਸੀ ਰੋਟੀ ਚੱਕਣ, ਅਤੇ ਹੁਣ ਆਪਣੀ ਡਿਊਟੀ ਹੋ ਗਈ ਰੋਟਾਵੇਟਰ 'ਤੇ, ਅਤੇ ਹੁਣ ਆਪਾਂ ਫੇਰਦੇ ਹਾਂ ਰੋਟਾਵੇਟਰ। ਆਹ ਮੈਂ ਚਾਰਜਿੰਗ ਵਾਲਾ ਲਿਆਂਦਾ ਜੀ ਨਵਾਂ ਜਿਹਾ, ਘੈਂਟ ਬੜਾ ਜੀ, ਇਹ ਤਾਂ ਹੁਣ ਚਾਰਜ ਲਾਉਣੀ।
ਆਪਾਂ ਪਲੋਇੰਗ ਸ਼ੁਰੂ ਕਰਦੇ ਹਾਂ ਕਿਉਂਕਿ ਰੂਟਾਵੇਟਰ ਤਾਂ ਕਾਫੀ ਹੱਦ ਤੱਕ ਫੈਲ ਗਿਆ। ਤੁਸੀਂ ਦੇਖ ਲਓ ਆਹ ਮਲਚ ਵਾਲੀ, ਇੱਕ ਮਿੰਟ, ਆਹ ਮਲਚ ਵਾਲੀ ਆ ਅਤੇ ਆਹ ਰੂਟਾਵੇਟਰ ਵਾਲੀ ਆ, ਇਹਦੇ ਨਾਲ ਬਸ ਪਰਾਲੀ ਨਹੀਂ ਉੱਪਰ ਆਉਂਦੀ ਹੈਗੀ। ਮਾੜਾ ਮਾੜਾ ਹੀ ਲਾ ਰਹੇ ਹਾਂ, ਕੋਈ ਬਾਹਲਾ ਨਹੀਂ ਲਾ ਰਹੇ ਅਸੀਂ, ਬਸ ਉੱਪਰ ਮਿਕਸ ਹੀ ਕਰ ਰਹੇ ਹਾਂ ਅਤੇ ਪੂਛਾ ਕਰਕੇ ਅਸੀਂ ਮਿਕਸ ਕਰ ਰਹੇ ਹਾਂ। ਉੱਧਰ ਆਪਾਂ ਤੁਹਾਨੂੰ ਪਤਾ ਰਾਮਪੁਰ ਦਾ ਇਹ ਵੀ ਨਹੀਂ ਕੰਮ ਕੀਤਾ, ਆਪਾਂ ਤਾਂ ਕਣਕ ਹੀ ਬੀਜਣੀ ਆ, ਨਾ ਆਪਾਂ ਇੰਨਾ ਜ਼ਿਆਦਾ ਪਲੋ ਲਾ ਰਹੇ ਹਾਂ। ਦੂਗਾ ਬਹੁਤ ਹੀ ਯਾਨੀ ਕਿ ਬਹੁਤ ਹੀ ਘੱਟ ਯਾਨੀ ਕਿ ਪਲੋ ਲਾ ਰਹੇ ਹਾਂ ਆਪਾਂ। ਪਲੋ ਆਪਣਾ ਲੱਗ ਰਿਹਾ ਹੋਊ ਲਗਭਗ 8-9 ਇੰਚ ਬਸ, ਇੱਦੂ ਜ਼ਿਆਦਾ ਨਹੀਂ, ਇੱਦੂ ਜ਼ਿਆਦਾ ਆਪਾਂ ਲਾਉਣਾ ਵੀ ਨਹੀਂ। ਹੁਣ ਆਪਾਂ ਟਰੈਕਟਰ ਕਰ ਦਈਏ ਬੰਦ, ਠੰਡਾ ਹੀ ਪਿਆ ਵਾ, ਜਮਾਂ ਗਰਮ ਨਹੀਂ ਹੋਇਆ। ਹੁਣ ਆਪਾਂ ਉੱਧਰ ਹੋਲੈਂਡ 'ਤੇ ਚੱਲਦੇ ਹਾਂ, ਉੱਧਰ ਖੜਾ ਆਪਣਾ ਹੋਲੈਂਡ ਸਿਹਤ 'ਚ ਖੜਾ ਕੁਝ ਨਹੀਂ ਜੀ। ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ 2K ਸਬਸਕ੍ਰਾਈਬਰ ਪੂਰੇ ਕਰਾ ਤੇ, ਵੈਸੇ ਤਾਂ ਹੁਣ 3K ਹੀ ਹੋਣ ਵਾਲੇ ਆ, 2.8K ਆ ਮੇਰੇ ਹਿਸਾਬ ਨਾਲ, ਅਤੇ ਥੈਂਕ ਯੂ ਸਾਰਿਆਂ ਦਾ ਇੰਸਟਾਗ੍ਰਾਮ 'ਤੇ ਵੀ 5000 ਫੋਲੋਅਰਸ ਕਰਾਉਣ ਲਈ। ਅਤੇ ਮੈਂ ਕੋਈ ਕਿਸੇ ਗਲਤ ਚੀਜ਼ ਦੀ ਕੋਈ ਪ੍ਰਮੋਸ਼ਨ ਨਹੀਂ ਕਰੂੰਗਾ ਵੀ ਵੱਡਾ ਮਿਊਜ਼ਿਕ ਸਿਸਟਮ ਲਵਾਓ, ਵੱਡੇ ਟਾਇਰ ਪਵਾਓ। ਹਾਲਾਂਕਿ ਮੈਂ ਵੀ ਸੋਚ ਰਿਹਾ ਆਪਦੇ ਟਰੈਕਟਰ ਦੇ ਮੂਹਰੇ 916 ਪਾਉਣ ਦੇ, ਅਤੇ ਉਹ ਵੀ ਮੈਂ ਇਸੇ ਗੱਲ ਨੂੰ ਹੀ ਰੁਕਿਆ ਹੋਇਆ ਵਾ ਵੀ ਜੇ ਕੋਈ ਚੰਗੀ ਚੀਜ਼ ਦੇਖ ਕੇ ਚੰਗਾ ਸਿੱਖ ਰਿਹਾ। ਵੈਸੇ 916 ਕੋਈ ਐਡੀ ਮਾੜੀ ਵੀ ਸਾਈਜ਼ ਹੈ ਨਹੀਂ ਕਿ ਟਾਇਰਾਂ ਦੀ, ਇਹ ਜਸਟ ਮੈਂ ਇੱਕ ਐਗਜ਼ਾਮਪਲ ਦਿੱਤਾ ਵਾ ਵੀ ਮੈਂ ਕਰਾਉਣਾ ਚਾਹੁੰਦਾ ਵਾ ਇੱਕ ਅੱਧੀ ਇਹੋ ਜਿਹੀ ਮੋਡੀਫਿਕੇਸ਼ਨ ਵੀ ਮੇਰਾ ਮਨ ਆ, ਅਤੇ ਮਿਊਜ਼ਿਕ ਸਿਸਟਮ ਦਾ ਹੋਲੈਂਡ 'ਤੇ ਤਾਂ ਕੋਈ ਇਰਾਦਾ ਨਹੀਂ ਗਾ, ਕੰਮ ਲੈਣਾ ਵਾ, ਕੰਮ ਕਰਾਂਗੇ। ਕੋਈ ਯਾਨੀ ਕਿ ਇਹੋ ਜਿਹਾ ਕੰਮ ਨਹੀਂ ਕਰਨਾ ਵੀ ਜਿਹ 'ਤੇ ਪੈਸਾ ਲੱਗ ਜਾਵੇ, ਆਊਟਪੁੱਟ ਨਾ ਨਿਕਲੇ, ਆਊਟਪੁੱਟ 0 ਹੋਵੇ, ਉਹ ਕੋਈ ਕੰਮ ਨਹੀਂ ਕਰਾਂਗੇ ਆਪਾਂ ਵਲੋਗਾਂ ਦੇ ਵਿੱਚ ਵੀ। ਰਿਐਲਿਟੀ ਉਹਦੀ ਸਟੋਰੇਜ ਫੁੱਲ ਹੋ ਗਈ ਸੀ, ਅਤੇ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਮੈਂ ਕੋਈ ਗਲਤ ਪ੍ਰਮੋਸ਼ਨ ਨਹੀਂ ਕਰੂੰਗਾ, ਯਾਨੀ ਕਿ ਮੈਨੂੰ ਕੋਈ ਦੇਖ ਕੇ ਕੋਈ ਮੇਰੀ ਉਮਰ ਦਾ ਹੀ ਕਹਿ ਦੇਵੇ ਵੀ ਹਾਂ ਆਪਦੇ ਘਰ ਵੀ ਮੈਂ ਇਹ ਚੀਜ਼ ਕਰਨੀ ਹੈ। ਮੇਰੀ ਉਮਰ ਦਾ ਬੰਦਾ ਇਹ ਜਿੱਦ ਕਰ ਲਵੇ ਘਰ ਵੀ ਹਾਂ ਆਪਾਂ ਇਹ ਵੀ ਸੁਪਰ ਸੀਡਰ ਲੈਣਾ, ਆਪਾਂ ਇਹ ਵੀ ਮਲਚਰ ਲੈਣਾ, ਆਪਾਂ ਇਹ ਟਰੈਕਟਰ ਲੈਣਾ, ਬਟ ਮੈਂ ਨਹੀਂ ਚਾਹੁੰਦਾ ਕੋਈ ਇਹ ਜਿੱਦ ਕਰੇ ਵੀ ਮੈਂ ਡੈੱਕ ਲਵਾਉਣਾ, ਟਾਇਰ ਵੱਡੇ ਪਵਾਉਣੇ ਆ, ਜਿਹੜੀਆਂ ਤਾਂ ਮੋਡੀਫਿਕੇਸ਼ਨ ਹੁੰਦੀਆਂ ਨੇ ਜੈਨੂਇਨ ਜੋ ਕਿ ਚਾਹੀਦੀਆਂ ਵੀ ਨੇ, ਜਿਵੇਂ ਮੂਹਰੇ ਵੇਟ ਹੋ ਗਏ, ਪਿੱਛੇ ਵੇਟ ਹੋ ਗਏ, ਹਾਲਾਂਕਿ ਸਾਡੇ ਹੋਲੈਂਡ ਦੇ ਮਗਰ ਵੇਟ ਨਹੀਂ ਹੈਗੇ, ਚਾਹੀਦੇ ਆ ਪਲੋਇੰਗ ਕਰ ਰਹੇ ਹਾਂ, ਉਹ ਚੀਜ਼ਾਂ ਤਾਂ ਚਾਹੀਦੀਆਂ ਹੀ ਚਾਹੀਦੀਆਂ ਨੇਗੀਆਂ, ਉਹ ਹੋਣੀਆਂ ਵੀ ਚਾਹੀਦੀਆਂ ਨੇ ਮੋਡੀਫਿਕੇਸ਼ਨਸ। ਅਤੇ ਜਿੱਦਾਂ ਹੁਣ ਮੈਂ ਆਪਣੇ ਜੌਂਡੀਅਰ 'ਤੇ ਮਿਊਜ਼ਿਕ ਸਿਸਟਮ ਲਵਾਇਆ ਹੋਇਆ ਵਾ, ਮੈਂ ਉਹ ਵੈਸੇ ਹੀ ਲਵਾਇਆ ਯਾਨੀ ਕਿ ਵੀ ਬਸ ਸੁਣਨ ਨੂੰ, ਕੋਈ ਪਹਿਲਾਂ ਵੱਡਾ ਸੀ ਉਹ ਮੈਂ ਉਤਾਰਤਾ ਦੇਖ ਲਓ, ਉਹ ਨਹੀਂ ਮੈਂ ਰੱਖਿਆ ਆਪਦੇ ਕੋਲ, ਉਹ ਮੈਂ ਲਾਤਾ ਜਦ ਹੀ ਦੂਜਾ ਲਵਾ ਲਿਆ ਆਪਾਂ ਛੋਟਾ। ਹੋਲੈਂਡ 'ਤੇ ਆਪਣਾ ਕੋਈ ਇਰਾਦਾ ਨਹੀਂ ਹੈਗਾ, ਇਹ ਤੋਂ ਕੰਮ ਹੀ ਲੈਣਾ ਵਾ। ਅਤੇ ਜਿਹੜੀ ਮੈਂ 916 ਵਾਲੀ ਗੱਲ ਕਰੀ ਸੀ ਟਾਇਰਾਂ ਵਾਲੀ, ਉਹ ਮੇਰਾ ਇਰਾਦਾ ਬਣਦਾ ਪਵਾਉਣ ਦਾ ਅਗਲੀ ਵਾਰ ਜਦੋਂ ਘੱਸ ਗਏ, ਕਿਉਂਕਿ ਮੂਹਰੋਂ ਥੋੜ੍ਹਾ ਨੀਵਾਂ ਰਹਿੰਦਾ ਇਹ ਟਰੈਕਟਰ ਜੌਂਡੀਅਰ, ਪਿੱਛੇ ਇਹਦੇ ਰੇਡੀਅਲ ਹੀ ਪਵਾਵਾਂਗੇ ਆਪਾਂ, ਉਹ ਵੀ ਦੇਖਿਓ। ਚਲੋ ਹੁਣ ਬਾਈ ਜੀ ਨੂੰ ਚਲਾਈਏ, ਜੇ ਆਹ ਬਾਈ ਜੀ ਨਾ ਹੁੰਦੇ ਆਹ ਕੰਮ ਹੋਣਾ ਨਹੀਂ ਸੀ, ਫਿਰ ਜਾਂ ਗੱਠਾਂ ਹੁੰਦੀਆਂ ਅੱਗ ਆਪਾਂ ਲਾਉਂਦੇ ਨਹੀਂ ਐਤਕੀ। ਚਲੋ ਹੁਣ ਜਦ ਤੱਕ ਰੋਟੀ ਨਹੀਂ ਆਉਂਦੀ ਹੁਣ ਇਹਨੂੰ ਚਲਾਉਂਦੇ ਹਾਂ। ਜੇ ਸੀਟ ਦੇ ਕੰਫਰਟ ਦੀ ਗੱਲ ਕਰੀਏ ਤਾਂ ਸੀਟ ਦਾ ਕੰਫਰਟ ਜ਼ਿਆਦਾ ਆ ਆਹ ਪਲੇਟਫਾਰਮ ਦੇ ਕੰਫਰਟ ਨਾਲੋਂ, ਜਿਵੇਂ ਆਹ ਗੋਡੇ ਗੋਡੇ ਭਿੜਦੇ ਆ ਇੱਥੇ, ਯਾਨੀ ਕਿ ਜੇ ਮੈਂ ਇੱਥੇ ਰੇਸ ਰੱਖਾਂ ਜੇ ਝਟਕਾ ਜਿਹਾ ਪਵੇ ਐਂ ਗੋਡਾ ਵੱਜੇ ਰੇਸ ਘੱਟ ਜਾਂਦੀ ਆ। ਧੁੰਦ ਦੇਖ ਕੇ ਕੋਈ ਲੱਗਦਾ ਆਲੇ ਦੁਆਲੇ ਟਰੈਕਟਰ ਚੱਲਦਾ ਹੋਊ, ਦੇਖ ਲਓ ਆਪਦੇ ਤੋਂ ਗਾਂਹ ਵਾਲੀ 2 ਫੁੱਟ ਚੀਜ਼ ਨਹੀਂ ਦਿਖ ਰਹੀ, ਟਾਇਰ ਮਸਾਂ ਦਿਖਦੇ ਆ, ਮਗਰ ਸਾਰੇ ਪਲੋ ਨਹੀਂ ਦਿਖ ਰਹੇ ਚੱਜ ਨਾਲ। ਚਲੋ ਹੁਣ ਫੇਰਦੇ ਹਾਂ ਪਲੋ, ਹੁਣ ਧੁੰਦ ਦਾ ਪਤਾ ਨਹੀਂ ਧੂੰਆਂ ਵਾ,
ਵੀ ਯਾਨੀ ਕਿ ਸਮਝ ਹੀ ਨਹੀਂ ਆ ਰਿਹਾ ਵੀ ਹੈ ਕੀ ਆਹ ਧੂੰਆਂ ਹੀ ਆ ਇੱਕ ਹਿਸਾਬ ਦਾ, ਧੁੰਦ ਨਹੀਂ ਕਹਿ ਸਕਦੇ। ਆਹ ਦੇਖ ਲਓ ਇਹ ਫਾਇਦਾ 4x4 ਟਰੈਕਟਰਾਂ ਦਾ, 4 ਕਿੱਲੇ ਬਲੋ ਮਾਰਤੇ, ਤੇਲ ਦੇਖ ਲਓ ਇਕੱਲੇ ਹੌਲੈਂਡ ਦਾ ਨਹੀਂ ਮੈਂ ਕਹਿੰਦਾ, 4x4 ਟਰੈਕਟਰਾਂ ਦਾ ਇਹ ਫਾਇਦਾ, ਡੈਪਥ ਸਹੀ ਹੋਵੇ, ਸਪੀਡ ਸਹੀ ਹੋਵੇ, ਚਲਾਉਣ ਦਾ ਤਰੀਕਾ ਸਹੀ ਹੋਵੇ ਅਤੇ RPM ਸਹੀ ਹੋਵੇ, ਟਰੈਕਟਰ ਆਪੇ ਤੇਲ ਘੱਟ ਖਾਊਗਾ। ਜ਼ਰੂਰੀ ਨਹੀਂ ਵੀ ਹੌਲੈਂਡ ਹੀ ਹੋਵੇ, ਜਿਹੜਾ ਮਰਜ਼ੀ ਬ੍ਰਾਂਡ ਹੋਵੇ। ਲਓ ਜੀ 11:47 ਹੋ ਗਏ ਲਗਭਗ, ਅਤੇ ਹੁਣ ਨਵੇੜ ਤਾਂ ਇੱਕ ਹਿਸਾਬ ਦਾ ਕੰਮ ਥੋੜ੍ਹਾ ਜਿਹਾ ਰਹਿ ਗਿਆ, ਉਹ ਸਵੇਰੇ ਕਰਾਂਗੇ ਆਪਾਂ, ਕਿਉਂਕਿ ਹੁਣ ਆਹ ਧੂੰਏ ਜਿਹੇ ਕਰਕੇ ਮੇਰੀਆਂ ਤਾਂ ਅੱਖਾਂ ਹੀ ਮੱਚਣ ਲੱਗ ਗਈਆਂ, ਕਾਫੀ ਜ਼ਿਆਦਾ ਥੋੜ੍ਹਾ ਜਿਹਾ ਯਾਨੀ ਕਿ ਉਹ ਕਰ ਰਿਹਾ ਹੈ ਤੰਗ, ਧੂੰਆਂ ਜਿਹਾ ਥੋੜ੍ਹਾ ਜਿਹਾ ਕਾਨੂੰ ਕਾਫੀ ਕਰ ਰਿਹਾ। ਆਪਾਂ ਕਹਿੰਦੇ ਕੋਈ ਨਾ ਸਵੇਰੇ ਕਰ ਲਾਂਗੇ, ਅਤੇ ਹੁਣ ਚੱਲਦੇ ਹਾਂ ਘਰੇ, ਘਰੇ ਜਾ ਕੇ ਦੋਨੇ ਸੰਦ ਖੜਾ ਦਈਏ ਆਪਾਂ। ਰੂਟਾਵੇਟਰ ਦਾ ਤਾਂ ਕੰਮ ਹੀ ਨਿਬੜ ਗਿਆ, ਪਲੂਆਂ ਦਾ ਹੀ ਰਹਿ ਗਿਆ ਬਸ, ਹੁਣ ਮੇਨ ਤਾਂ ਬਾਕੀ ਤਾਂ ਨਿਬੜ ਗਿਆ। ਹਾਂਜੀ ਮਿੱਤਰੋ, ਕੀ ਹਾਲ ਚਾਲ, ਕਰਦੇ ਹਾਂ ਅੱਜ ਦੇ ਵਲੋਗ ਦੀ ਸ਼ੁਰੂਆਤ। ਵੱਜ ਚੁੱਕੇ ਆ ਸਵੇਰ ਦੇ 6:00, ਰਾਤ ਆਪਾਂ ਆ ਕੇ ਸੌਂਦੇ ਸੀਗੇ ਅਤੇ 12:00-1 ਵਜੇ ਵਿਹਲੇ ਹੋਏ ਸੀ ਆਪਾਂ, ਅਤੇ ਹੁਣ ਦੁਬਾਰਾ ਤੋਂ ਚੱਲੇ ਹਾਂ ਭਲੋ ਫੇਰਨ। ਰਾਤ ਜਿਹੜਾ ਸੀ ਉਹ ਵੱਧ ਗਈ ਸੀ ਧੂੰਆਂ ਜਿਹਾ, ਅਤੇ ਹੁਣ ਤਾਂ ਧੋਂਦੀ ਹੈ ਚਲੋ ਇਕੱਲੀ, ਉਦੋਂ ਧੂੰਆਂ ਜ਼ਿਆਦਾ ਸੀਗਾ ਉਹਦੇ ਕਰਕੇ ਆਪਾਂ ਆ ਗਏ ਸੀ ਘਰੇ। ਇੱਕ ਵਿਜੀਬਿਲਟੀ 0 ਸੀ, ਹੁਣ ਥੋੜ੍ਹੀ ਜਿਹੀ ਵਿਜੀਬਿਲਟੀ ਦਾ ਫਰਕ, ਹੁਣ ਜਿਵੇਂ ਜਿਵੇਂ ਦਿਨ ਹੋਈ ਜਾਊਗਾ ਰੇਲ ਜੀ ਵੀ ਘਟੀ ਜਾਣੀ ਆ, ਅਤੇ ਫਲੋ ਆਪਣੇ ਪਾਏ ਹੋਏ ਆ। ਸੋ ਚੱਲਦੇ ਹਾਂ ਕਿ ਫਲੋ ਫੇਰ ਘਰੇ ਜਾਣ ਟਾਈਮ ਆਪਾਂ ਇਹਦੀਆਂ ਲਿੰਕਾਂ ਟਾਈਟ ਕਰ ਲੈਂਦੇ ਹੁੰਦੇ ਹਾਂ ਫਲੋਆਂ ਦੀਆਂ, ਇੱਥੇ ਤਾਂ ਪੂਰੀਆਂ ਢਿੱਲੀਆਂ ਕਰ ਦੇ ਦੀਆਂ ਨੇ, ਵੀ ਯਾਨੀ ਕਿ ਟਾਇਰਾਂ 'ਚ ਹੀ ਵੱਜਣ ਇੱਕ ਹਿਸਾਬ ਨਾਲ, ਇੰਨੀਆਂ ਢਿੱਲੀਆਂ ਕਰੀਦੀਆਂ ਨੇ। ਅਤੇ ਹੋਪ ਕਰਦਾ ਵੀ ਚਾਨਣ ਹੋ ਜਾਵੇ ਜਦ ਤੱਕ ਇੱਕ ਅੱਧੀ ਰੀਲ ਬਣ ਜਾਵੇ ਵਧੀਆ ਜੀ, ਵੈਸੇ ਤਾਂ ਚਾਂਸਿਸ ਘੱਟ ਹੀ ਨੇਗੇ ਪਰ ਕਾਫੀ ਫਰਕ ਪੈ ਗਿਆ। ਅੱਗੇ ਇੰਨਾ ਦਿਖਦਾ ਨਹੀਂ ਸੀ ਹੁੰਦਾ ਅੱਗੇ, ਜਿੰਨਾ ਦਿਖਣ ਲੱਗ ਗਿਆ ਆਪਣਾ ਉਹ ਸੀ ਖੇਤ ਲੈਂਡ, ਉਹ ਦੇਖੋ ਇੱਥੇ ਆਪਾਂ ਇੰਨਾ ਕੁ ਰਹਿ ਗਿਆ ਬਸ ਆਪਣਾ। ਕਾਫੀ ਵੀਰ ਪੁੱਛਦੇ ਹੁੰਦੇ ਆ ਵੀਰੇ ਵੀ ਸਾਈਡ ਕਿਵੇਂ ਲੱਗ ਗਈ ਕਲੀਅਰ, ਫਲੋਆਂ ਦੀ ਸਾਈਡਾਂ ਬਾਰੇ ਵੀ ਦੱਸੋ। ਪਰਾਲੀ ਇਗਨੋਰ ਕਰਿਓ, ਉਹਦਾ ਸਾਂਝੀ ਆ ਚੱਕਣੀ ਭੁੱਲ ਗਿਆ, ਉਹ ਦੇਖੋ ਜਿਵੇਂ ਥੱਬੇ ਪਏ ਨੇ, ਉਹ ਚੱਕਣੀ ਭੁੱਲ ਗਿਆ ਤਾਂ ਨਹੀਂ ਤੀਜਾ ਲੱਗ ਰਿਹਾ, ਦੋਨੇ ਲੀਵਰ ਨਹੀਂ ਥੱਲੇ ਹੀ ਨੇਗੇ। ਆਪਾਂ ਵੱਟ ਦੇ ਟਾਇਰ ਰੱਖ ਕੇ ਇੱਧਰ ਖਾਲੀ ਪਾ ਲੈਂਦੇ ਹੁੰਦੇ ਹਾਂ, ਇੱਧਰੋਂ ਖਾਲੀ ਪਾ ਕੇ ਜੇ ਤਾਂ ਬੀਜਣੀ ਆ ਕਣਕ ਫਿਰ ਤਾਂ ਇੱਧਰ ਰੱਖ ਲਿਓ ਟਾਇਰ ਔਨ ਟਾਈਮ, ਹੈ ਨਾ, ਇਹ ਐਂ ਘੁਮਾ ਕੇ ਇਹਨੂੰ ਇੱਧਰਲੇ ਪਾਸੇ ਇੱਥੇ ਟਾਇਰ ਰੱਖ ਲਿਓ, ਹੈ ਨਾ। ਜੇ ਤਾਂ ਆਲੂ ਬੀਜਣਾ ਫਿਰ ਉੱਧਰੋਂ ਸ਼ੁਰੂ ਕਰਕੇ ਇੱਧਰ ਨੂੰ ਆ ਜਾਓ ਬੰਨੇ ਵੱਲ ਨੂੰ। ਕਈ ਵਾਰ ਪਤਾ ਕੀ ਹੁੰਦਾ, ਜਦੋਂ ਆਪਾਂ ਇੱਧਰੋਂ ਸ਼ੁਰੂ ਕਰ ਲੈਂਦੇ ਹਾਂ, ਜਾਣੀ ਕਿ ਮੰਨ ਕੇ ਚੱਲੋ ਮੈਂ ਇੱਥੋਂ ਸ਼ੁਰੂ ਕਰ ਲਿਆ, ਹੈ ਨਾ, ਆਹ ਲੈਵਲ 'ਚੋਂ ਸ਼ੁਰੂ ਕੀਤਾ ਮੈਂ, ਤਾਂ ਇੱਥੋਂ ਜਿਹੜਾ ਉੱਚਾ ਹੋ ਜਾਣਾ ਵਾ, ਕਈ ਵਾਰੀ ਉੱਚਾ ਹੋ ਜਾਂਦਾ। ਜੇ ਮੈਂ ਹੁਣ ਆਲੂ ਬੀਜਣੇ ਆ, ਮੈਨੂੰ ਜੇ ਮੈਂ ਇੱਥੋਂ ਵੀ ਸ਼ੁਰੂ ਕਰੂੰਗਾ, ਹੈ ਨਾ, ਇੰਨੀ ਕੁ ਪਰਾਲੀ ਦਾ ਮੈਨੂੰ ਕੋਈ ਡਰ ਨਹੀਂ ਰਹਿਣਾ, ਪਰ ਜੇ ਮੈਂ ਕਣਕ ਬੀਜਣੀ ਆ ਫਿਰ ਮੈਨੂੰ ਸਾਰੀ ਪਰਾਲੀ ਵਿੱਚ ਚਾਹੀਦੀ ਆ। ਉਹ ਸਾਰੀ ਪਰਾਲੀ ਵਿੱਚ ਨਹੀਂ ਆਉਂਦੀ ਜਦੋਂ ਆਪਾਂ ਇੱਧਰੋਂ ਸ਼ੁਰੂ ਕਰਦੇ ਹਾਂ, ਉਹ ਇੱਧਰੋਂ ਸ਼ੁਰੂ ਕਰਨ ਵਾਲੇ ਬੰਦੇ ਹਮੇਸ਼ਾ ਇੱਥੋਂ ਸ਼ੁਰੂ ਕਰਦੇ ਹੁੰਦੇ ਆਹ ਲੈਵਲ 'ਚੋਂ।
ਮੈਂ ਕਦੇ ਵੀ ਨਾ ਐਂ ਨਹੀਂ ਹੈਗਾ ਵੀ ਇੱਥੋਂ ਹਲ ਸਿੱਧੇ ਲੈ ਗਿਆ, ਸਿੱਧੇ ਲਿਆ ਕੇ ਘੁਮਾ ਕੇ ਦੂਰੋਂ ਰੱਖਤੇ ਨਾ, ਉਹੀ ਲੈਵਲ ਜਾ ਕੇ ਰੱਖਦਾ। ਉਹ ਇੱਥੋਂ ਸ਼ੁਰੂ ਕਰਦੇ ਹੁੰਦੇ ਯਾਨੀ ਕਿ ਜਿਹਨਾਂ ਨੇ ਆਲੂ ਬੀਜਣੇ, ਵੀ ਇੰਨੀ ਕੁ ਪਰਾਲੀ ਦਾ ਉਹਨਾਂ ਨੂੰ ਕੋਈ ਹੁੰਦਾ ਨੀਗਾ, ਉਹ ਵਿੱਚ ਹੀ ਵਾਹ ਦਿੰਦੇ ਆ। ਪਰ ਆਪਾਂ ਨੂੰ ਹੁੰਦਾ ਬਸ ਉਹ ਆਪਾਂ ਲਾਲਚ ਕਰ ਜਾਂਦੇ, ਆਪਾਂ ਇੱਥੋਂ ਸ਼ੁਰੂ ਕਰ ਲੈਂਦੇ, ਉਹਦੇ ਕਰਕੇ ਆਹ ਸਾਈਡ ਹੀ ਉੱਚੀ ਹੋ ਜਾਂਦੀ ਆ ਪੂਰੀ, ਹੈ ਨਾ। ਸੋ ਉਦੋਂ ਚੰਗਾ ਵਾ ਵੀ ਇੱਧਰਲੇ ਪਾਸੇ ਖਾਲੀ ਰੱਖ ਲਓ, ਇੱਧਰਲੇ ਪਾਸੇ ਗੇੜੇ ਲਾ ਕੇ ਫਿਰ ਜਿਹੜੀ ਇੱਥੇ ਖਾਲੀ ਆ ਗਈ ਉਹਦੇ ਨਾਲ ਇੱਕ ਦੋ ਤਿੰਨ ਗੇੜੇ ਦੇ ਦਿਓ, ਤਿੰਨ ਗੇੜੇ ਦੇ ਤੇ ਇੱਧਰ ਵੀ ਇੱਕ ਖਾਲੀ ਆਜੂਗੀ। ਖਾਲੀ ਭਰਨੀ ਸੌਖੀ ਆ, ਉੱਚੇ ਨੂੰ ਵਾਹ ਕੇ ਨੀਵਾਂ ਕਰਨਾ ਬਹੁਤ ਔਖਾ। ਖਾਲੀ ਤਾਂ ਕੋਈ ਚੱਕਰ ਨਹੀਂ, ਉਹ ਭਰ ਜੂਗੀ। ਆਹ ਪਰਾਲੀ ਹੁਣ ਮੈਂ ਕਿਹਾ ਸੀਗਾ ਉਹਨੂੰ ਵੀ ਛੱਡੋ, ਹੈ ਨਾ, ਵੀ ਆਪਾਂ ਕੀ ਉਹਨੂੰ ਸਾਂਝੀ ਨੂੰ ਕਹੇ ਵੀ ਛੱਡ ਵੀ ਰਹਿਣ ਦੇ ਵੀ ਇੱਥੇ, ਹੈ ਨਾ, ਵੀ ਵਿੱਚ ਵਾਹ ਦਿੰਦੇ ਹਾਂ। ਉਹਨੇ ਵੜਤੀ ਪਰਾਲੀ ਚੱਕੀ, ਉਹਨੇ ਹੈ ਨਹੀਂ, ਹੁਣ ਫਸ ਰਹੀ ਆ ਵਿੱਚ। ਇੱਦੂ ਤਾਂ ਪਰਾਲੀ ਵਾਹੁੰਦੇ ਹੀ ਨਾ, ਹੁਣ ਕਾਫੀ ਗੇੜਾ ਰਹਿੰਦਾ ਹਜੇ ਆਪਣਾ ਲਾਉਣ ਵਾਲਾ, ਦੇਖ ਲਓ ਬਾ ਇੱਥੇ ਤੱਕ ਉਹ ਦੁਕਾਨ ਲੱਗਿਆ ਹੋਇਆ। ਇਹ ਰਾਤ ਧੂੰਏ ਕਰਕੇ ਮੈਂ ਜੱਜਮੈਂਟ ਹੀ ਨਹੀਂ ਕਰੀ ਆ ਗੇੜੇ ਦੀ। ਚਲੋ ਹੁਣ ਫੇਰ ਦੀਏ, ਆਹ ਸਾਈਡ ਰਹੇਗੀ, ਉੱਧਰ ਤਾਂ ਕਾਫੀ ਪਿਆ ਵਾ ਕਿਉਂਕਿ ਇਹ ਖੇਤ ਹੀ ਵਿੰਗਾ ਵਾ, ਉਹ ਸਾਈਡ ਕਾਫੀ ਪਈ ਆ, ਇੱਧਰੋਂ ਇੱਕ ਗੇੜਾ ਰਹਿ ਗਿਆ, ਉੱਧਰ ਨੂੰ ਜਾਂਦਿਆਂ ਤੈਨੂੰ ਹੈਗਾ 7-8 ਗੇੜੇ। ਅਤੇ ਆਪਾਂ ਕਿ ਸਾਈਡ ਆਹ ਲੱਗ ਗਿਆ ਆਪਣਾ ਸਾਈਡ ਗੇੜਾ। ਹੁਣ ਆ ਜਿਹੜੀਆਂ ਦੋਨੇ ਕਾਲੀਆਂ ਨੇ ਇਹ ਤਾਂ ਆਪੇ ਭਰ ਜਾਣੀਆਂ ਨੇ ਸੁਹਾਗਾ ਫੇਰੇ 'ਤੇ। ਜੇ ਪਾਸਾ ਉੱਚਾ ਹੁੰਦਾ ਕਦੇ ਨਹੀਂ ਉਹ ਲੋਟ ਆਉਂਦਾ ਹੈਗਾ, ਉੱਚਾ ਹੀ ਰਹਿੰਦਾ। ਜਿਹੜੀ ਆਹ ਖਾਲੀ ਹੈ ਇੱਧਰਲੀ ਸਾਈਡ ਵਾਲੀ, ਆਹ ਵਾਲੀ ਇਹਦੇ ਵੀ ਸੁਹਾਗਾ ਫਿਰ ਜਾਣਾ, ਐਂ ਜਦੋਂ ਸੁਹਾਗਾ ਘੇਰੇ ਲੋਟ ਫੇਰਨਾ ਆਪੇ ਸਾਰਾ ਕੁਛ ਸਹੀ ਹੋ ਜਾਣਾ। ਆਹ ਹੁਣ ਜਿਹੜੀ ਆਪਾਂ ਸਾਈਡ ਲਾ ਰਹੇ ਹਾਂ ਪਿੱਗੀ ਆ, ਉਹਦੇ ਕਰਕੇ ਟੇਢੇ ਗੇੜੇ ਲੈ ਕੇ ਆ ਰਹੇ ਹਾਂ। ਇੱਥੇ ਇੱਕ 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 ਗੇੜਾ ਛੱਡੀ ਜਾਂਦਾ ਉਹ ਸਿਰੇ ਵਾਲੇ ਗੇੜੇ ਲਈ। ਬਾਕੀ ਤਾਂ ਆਪਣਾ ਹੋ ਗਿਆ ਕੰਪਲੀਟ, ਉਹ ਸਾਈਡ ਰਹਿ ਗਈ, ਬਸ ਆਹ ਗੇੜੇ ਰਹਿ ਗਏ ਥੋੜ੍ਹੇ ਜਿਹੇ। ਤੋ ਟਾਈਮ ਹੋ ਚੁੱਕਿਆ ਅਪਰੋਕਸ 7:30 ਅਤੇ ਆਪਾਂ ਲਾਸਟ ਗੇੜਾ ਲਾ ਰਹੇ ਹਾਂ। ਜਿਹੜਾ ਆਪਣਾ ਸਾਈਡ ਵਾਲਾ ਹੁੰਦਾ ਵਾ ਉਹ ਦੂਜੀ ਸਾਈਡ ਨਹੀਂ, ਜਿੱਥੋਂ ਆਪਾਂ ਕਲੋ ਮੋੜਦੇ ਦੂਜੀ ਸਾਈਡ ਆਹ ਵਾਲੀ। ਅਤੇ ਇਹ ਆਪਾਂ ਜਿਹੜਾ ਉਹੀ ਗੇੜਾ ਜਿੱਥੇ ਮੈਂ ਆਹ ਦੇਖੋ ਫਾਂਟ ਫਾਂਟ ਛੱਡ ਛੱਡ ਗੇੜਾ ਲਾਇਆ ਸੀ, ਜਿਵੇਂ ਇੱਥੋਂ ਚੱਕਮਾਇਆ ਇੱਕ ਗੇੜੇ ਜੋਗਾ ਥਾਂ ਛੱਡ ਕੇ ਦੂਜਾ ਗੇੜਾ, ਫਿਰ ਇੱਕ ਗੇੜੇ ਜੋਗਾ ਥਾਂ ਛੱਡ ਕੇ ਦੂਜਾ ਗੇੜਾ। ਸੋ ਉਹ ਲਾ ਰਹੇ ਹਾਂ ਆਪਾਂ, ਇਸ ਤਰ੍ਹਾਂ ਦਾ ਲੱਗਦਾ ਦੇਖੋ। ਬੀਜਣੀ ਤਾਂ ਆਪਾਂ ਸੁਪਰ ਸੀਡਰ ਨਾਲ, ਸੋ ਇਹਨਾਂ ਦੀ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ। ਬਾਲਾ ਮੈਂ ਪਹੀ ਨਾਲ ਨਹੀਂ ਰੱਖਿਆ ਹੈਗਾ ਕਿਉਂਕਿ ਜਦੋਂ ਪਹੀ ਨਾਲ ਰੱਖਦੇ ਫਿਰ ਪਹੀ ਵੜਦਾ ਸੀ, ਸੋ ਇਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ। ਅਤੇ ਆਪਣੇ ਨੂੰ ਆਹ ਸਫਾਈ ਆ ਗਈ, ਬਸ ਇਹੀ ਬਹੁਤ ਆ। ਆਹ ਤੁਸੀਂ ਦੇਖ ਲਓ ਖੇਤ ਇੱਕ ਸਾਰ ਪਿਆ ਬਿਲਕੁਲ। ਚਲੋ ਹੁਣ ਛੇਤੀ ਛੇਤੀ ਕੰਮ ਨਿਬੇੜ ਕੇ ਆਪਾਂ ਪਲੋ ਛੱਡ ਆਈਏ, ਅਤੇ ਉਸ ਤੋਂ ਬਾਅਦ ਸੁਹਾਗਾ ਪਾ ਕੇ ਲਿਆਉਣੇ ਹੌਲੈਂਡ ਮਗਰ ਅਤੇ ਜੌਂਡੀਅਰ ਮਗਰ ਤਵੀਆਂ ਪਾਈਆਂ ਹੋਈਆਂ ਨੇਗੀਆਂ, ਆ ਰਹੀਆਂ ਨੇ ਤਵੀਆਂ, ਅਤੇ ਇਹਦੇ ਮਗਰ ਆਪਾਂ ਸੁਹਾਗਾ ਪਾ ਕੇ ਲਿਆਉਣੇ ਆ। ਸੁਹਾਗਾ ਫੇਰਾਂਗੇ ਇੱਕ ਵਾਰੀ, ਬਸ ਇੱਕ ਵਾਰ ਸੁਹਾਗਾ ਫੇਰਨਾ, ਤਵੀਆਂ ਫੇਰਨਾ ਆਹ ਖਾਲੀ ਭਰਨ ਲਈ। ਇਸ ਲੋਟ ਇੱਕ ਗੇੜਾ ਚਾਰੋਂ ਔਰ ਬਸ,
ਤੇ ਉਧਰੋਂ ਉਧਰ ਵੀ ਇੱਕ ਗੇੜਾ ਬਸ, ਇਹਨਾਂ ਤਵੀਆਂ ਦਾ ਗੇੜਾ ਦੇ ਕੇ ਤੇ ਫਿਰ ਉੱਤੇ 11 ਸੁਹਾਗਾ ਮਾਰ ਦੇਣਾ, ਛੋਟੇ ਲੋਟ ਸੁਹਾਗਾ ਮਾਰ ਕੇ ਤੇ ਉਸ ਤੋਂ ਬਾਅਦ ਹੁਣੀ ਆਪਾਂ ਬਸ ਸੁਪਰ ਸੀਡਰ ਨਾਲ ਬੀਜ ਦੇਣੀ ਆ ਗੜ। ਮੈਂ ਹੋਲੈਂਡ ਦਾ ਨਾ ਉੱਧਰ ਰਾਮਪੁਰ ਫੀਚਰ ਦੇਖਿਆ ਹਲਾ, ਇੱਥੇ ਲੱਗਦੀ ਹੁੰਦੀ ਆ ਲਾਈਟ, ਆਪਣੀ ਨੰਬਰ ਪਲੇਟ ਲੱਗਦੀ ਆ ਅਤੇ ਉਹਦੇ ਥੱਲੇ ਇੱਕ ਲਾਈਟ ਦਿੱਤੀ ਹੋਈ ਆ ਵਿਜੀਬਿਲਿਟੀ ਲਈ। ਆਹ ਘੈਂਟ ਲੱਗੀ ਮੈਨੂੰ, ਬਹੁਤ ਘੈਂਟ ਲੱਗੀ ਲਾਈਟ, ਇਹ ਯੂਨੀਕ ਜੀ ਆ। ਚਲੋ ਕਰਦੀ ਹੈ ਕੰਪਲੀਟ ਗੇੜਾ, ਫਿਰ ਚੱਲਦੇ ਹਾਂ। ਆਪਾਂ ਆ ਗਏ ਸੀਗੇ ਤਵੀਆਂ ਲੈ ਕੇ ਅਤੇ ਪਲੋ ਆਪਾਂ ਇੱਥੇ ਖੜਾ ਗਏ ਖੜਾ 'ਤੇ, ਅਤੇ ਆਪਾਂ ਚੱਲਦੇ ਹਾਂ ਹੁਣ ਇਹਨਾਂ ਨੂੰ ਛੱਡਣ ਥੋੜ੍ਹੇ ਟਾਈਮ ਤੱਕ। ਮੈਨੂੰ ਨਾ ਇੱਕ ਵਹਿਮ ਸੀਗਾ ਵੀ ਜਿਹੜਾ ਨਾ ਮਾਸ਼ੋ ਦਾ ਬੀ ਆ ਉਹ ਐਕੂਰੇਟ ਨਹੀਂ ਹੈਗਾ ਇੰਨਾ, ਅਤੇ ਪਰ ਮੈਂ ਉੱਥੇ ਗਲਤ ਸੀਗਾ। ਮੈਂ ਤੁਹਾਨੂੰ ਦਿਖਾਉਣਾ, ਆਹ ਸੀ ਦੇਖੋ ਬੀ ਪਿਆ ਹੋਇਆ ਇੱਕ। ਮੈਨੂੰ ਸੀਗਾ ਵੀ ਮੈਂ ਬਹੁਤ ਘੱਟ ਬੀ ਪਾਇਆ ਹੈ ਨਾ, ਵੀ ਜਿੰਨਾ ਮੈਂ ਸੈੱਟ ਕੀਤਾ ਉਨਾ ਪਿਆ ਨਹੀਂ, ਪਰ ਜਿੰਨਾ ਕੁ ਮੈਂ ਸੈੱਟ ਕੀਤਾ ਸੀ ਉਨਾ ਬੀ ਪਿਆ ਹੋਇਆ ਵਾ। ਇਹ ਮੈਂ ਰਾਤ ਨੂੰ ਹੁਣ ਮੈਨੂੰ ਪਤਾ ਨਹੀਂ ਲੱਗਿਆ, ਇਹਨਾਂ 'ਚੋਂ ਕੁਛ ਤਾਂ ਕੀੜੀਆਂ ਹੀ ਚੁੱਕ ਕੇ ਲੈ ਗਈਆਂ। ਆਹ ਲੈ ਜਿਹੜੇ ਯਾਨੀ ਕਿ ਸਾਈਡ ਵਾਲੇ ਗੇੜੇ ਸੀ, ਹੁਣ ਜਿਵੇਂ ਆਹ ਵਾ ਹੈ ਨਾ, ਆਹ ਦੇਖੋ, ਅਤੇ ਇਹ ਇਹਨਾਂ 'ਚੋਂ ਕੁਛ ਤਾਂ ਕੀੜੀਆਂ ਹੀ ਚੁੱਕ ਕੇ ਲੈ ਗਈਆਂ, ਅਤੇ ਬਾਕੀ ਬਚਿਆ ਖੁਚਿਆ ਜਿਹੜਾ ਉਹ ਆਪਣਾ ਬੀਜਿਆ ਹੀ ਹੋਇਆ ਵਾ। ਆਪਾਂ ਹੁਣ ਚੱਲਦੇ ਹਾਂ ਅਤੇ ਪਲੋ ਛੱਡ ਕੇ ਆਉਂਦੇ ਹਾਂ, ਉਸ ਤੋਂ ਬਾਅਦ ਸੁਹਾਗਾ ਪਾ ਕੇ ਲੈ ਕੇ ਆਉਂਦੇ ਹਾਂ। ਸਾਈਡਾਂ ਇਹਦੀਆਂ ਕਲੀਅਰ ਨਹੀਂ ਹੈ ਹੁਣ, ਯਾਨੀ ਕਿ ਕਲੀਅਰ ਕਰ ਦੇਣੀਆਂ ਨੇ ਸਾਈਡਾਂ। ਮਿੱਟੀ ਦੇਖੋ ਕਿੰਨੀ ਜੰਮ ਗਈ,